ਹੈਲੋ, ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਡਾ ਆਪਣਾ ਡੋਗਰ, ਅਤੇ ਜਦੋਂ ਤੱਕ ਆਪਾਂ ਨੂੰ ਸਟੂਡੀਓ ਨਹੀਂ ਮਿਲਦਾ, ਮੈਂ ਸੋਚਿਆ ਚੱਲ ਆਪਾਂ ਘਰੇ ਕੰਮ ਕਰ ਲੈਂਦੇ ਹਾਂ, ਹੈ ਨਾ। ਸੋ ਅੱਜ ਆਪਾਂ ਲਿਖਾਂਗੇ ਇੱਕ ਗਾਣਾ ਯੂਟਿਊਬ ਬੀਟ 'ਤੇ ਫਿਲਹਾਲ, ਕਿਉਂਕਿ ਮੇਰੇ ਕੋਲ ਹੋਰ ਬੀਟਸ ਹੈ ਨਹੀਂ। ਸੋ ਟਰਾਈ ਕਰਦੇ ਹਾਂ ਕੀ ਬਣਦਾ, ਹੈ ਨਾ। ਅਤੇ ਫਿਰ ਮੈਂ ਤੁਹਾਨੂੰ ਦੱਸੂੰਗਾ ਕਿ ਆਹ ਬਣਿਆ, ਅਤੇ ਤੁਸੀਂ ਮੈਨੂੰ ਦੱਸਿਓ ਕੀ ਹੈ ਚੰਗਾ ਜਾਂ ਮਾੜਾ ਕੁਛ ਵੀ, ਹੈ ਨਾ। ਫਾਈਨਲ ਰਿਜ਼ਲਟ ਦੇਖਦੇ ਹਾਂ ਆਪਾਂ ਕੀ ਨਿਕਲ ਸਕਦਾ, ਹੈ ਨਾ। ਓਕੇ, ਸੋ ਪਹਿਲਾਂ ਮੈਂ ਇੱਕ ਬੀਟ ਦੇਖੀ ਆ, ਕਾਫੀ ਸਾਰੀਆਂ ਬੀਟਸ ਮੈਂ ਸੁਣੀਆਂ ਸੀਗੀਆਂ। ਸੋ ਮੈਨੂੰ ਜਿਹੜੀ ਸੋਹਣੀ ਲੱਗੀ ਆ, ਬੀਟ ਚਲਾਉਂਦੇ ਆ। ਜੇ ਕੋਈ ਆਪਣਾ ਮਿਊਜ਼ਿਕ ਵਾਲਾ ਵੀਰ ਆਪਣਾ ਵੀਡੀਓ ਦੇਖ ਰਿਹਾ, ਹੈ ਨਾ, ਅਤੇ ਜੇ ਆਪਣੇ ਨਾਲ ਕੋਈ ਕੰਮ ਕਰਨਾ ਚਾਹੁੰਦਾ, ਤਾਂ ਆਪਣੇ ਦਰਵਾਜ਼ੇ ਖੁੱਲ੍ਹੇ ਆ, ਕਿਉਂਕਿ ਆਪਾਂ ਨੂੰ ਵਧੀਆ ਮਿਊਜ਼ਿਕ ਦੀ ਲੋੜ ਆ, ਹੈ ਨਾ। ਅਤੇ ਸੋ ਦੇਖਦੇ ਹਾਂ, ਪਹਿਲਾਂ ਆਪਾਂ ਕੰਮ ਕਰੀਏ। ਮੈਂ ਲਿਖਣਾ ਸਟਾਰਟ ਕਰਦਾ, ਇਹਦੇ ਦੇਖੋ ਆਹ ਬਹੁਤ ਜ਼ਰੂਰੀ ਆ ਮੇਰੇ ਲਈ। ਮੇਰੇ ਸਪੀਕਰ ਦੀ ਬੈਟਰੀ ਲੋਅ ਹੋ ਗਈ ਆ, ਅਤੇ ਹੁਣ ਚਾਰਜ 'ਤੇ ਲਾ ਕੇ ਨਾ ਦੁਬਾਰਾ ਮਿਊਜ਼ਿਕ ਚਲਾਉਣੇ ਆ, ਨਾ ਆਪਣਾ ਕੰਮ ਰੁਕ ਗਿਆ। ਅਤੇ ਮੇਰਾ ਕਾਫੀ ਟਾਈਮ ਦਾ ਇਹ ਆਈਡੀਆ ਸੀਗਾ ਕਿ ਆਪਾਂ ਇੱਦਾਂ ਲਾਈਵ, ਹੈ ਨਾ, ਲਾਈਵ ਜਾਂ ਕੈਮਰੇ 'ਤੇ ਆਪਾਂ ਕੁਛ ਕਿੱਦਾਂ ਲਿਖ ਸਕਦੇ ਹਾਂ, ਕਿੱਦਾਂ ਮੈਂ ਕੰਮ ਕਰਦਾ ਹਾਂ, ਮੈਂ ਸ਼ੇਅਰ ਕਰਾਂ, ਹੈ ਨਾ, ਤੁਹਾਡੇ ਨਾਲ ਕਿੱਦਾਂ ਲਿਖਦੇ ਹਾਂ, ਕੀ ਆਈਡੀਆ ਹੁੰਦਾ। ਸੋ ਇੱਕ ਮਿਊਜ਼ਿਕਲੀ ਜਦੋਂ ਆਪਾਂ ਸਟੂਡੀਓ 'ਚ ਹੁੰਦੇ ਹਾਂ, ਵੈਸੇ ਤਾਂ ਮੈਂ ਆਪਣੇ ਆਪਣੇ ਰੂਮ 'ਚੋਂ ਹੀ ਬਣਾ ਰਿਹਾ, ਜਦੋਂ ਆਪਾਂ ਸਟੂਡੀਓ 'ਚ ਹੁੰਦੇ ਹਾਂ ਤਾਂ ਆਪਾਂ ਨੂੰ ਸਾਊਂਡ ਪਰੂਫ ਚਾਹੀਦਾ ਹੁੰਦਾ ਰੂਮ ਉਹਦੇ ਲਈ, ਅਤੇ ਉਹਦੇ ਲਈ ਆਪਾਂ ਨੂੰ ਏਸੀ ਅਤੇ ਪੱਖਾ ਬੰਦ ਕਰਨਾ ਪੈਂਦਾ, ਤਾਂ ਕਰਕੇ ਮੈਨੂੰ ਬਹੁਤ ਜ਼ਿਆਦਾ ਗਰਮੀ ਲੱਗ ਰਹੀ। ਸੋ ਸਪੀਕਰ ਚਾਰਜਰ ਲਾ ਲਿਆ ਆਪਾਂ, ਪਹਿਲਾਂ ਪਹਿਲਾਂ ਮੇਰਾ ਵੀਡੀਓ ਵਲੋਗ ਆ ਜੋ ਵੀ ਕਹਿ ਲਓ, ਹੈ ਨਾ। ਸੋ ਹੌਲੀ ਹੌਲੀ ਪਤਾ ਲੱਗਦਾ ਚੀਜ਼ਾਂ ਦਾ ਕਿ ਇੱਦਾਂ ਕੰਮ ਕਰਨਾ, ਸਪੀਕਰ ਦੀ ਬੈਟਰੀ ਵੀ ਚਾਰਜ ਕਰਕੇ ਰੱਖਣੀ ਆ ਪਹਿਲਾਂ, ਹੈ ਨਾ। ਬਸ ਇੱਕਦਮ ਹੀ ਬੈਠਾ ਸੀਗਾ ਮੈਂ ਕਿਹਾ ਚੱਲ ਆਪਾਂ ਵੀਡੀਓ ਬਣਾਉਂਦੇ ਹਾਂ, ਤਾਂ ਕਰਕੇ ਕੋਈ ਤਿਆਰੀ ਨਹੀਂ, ਕੋਈ ਕੁਛ ਨਹੀਂ, ਬਸ ਐਵੇਂ ਹੀ ਬਹਿ ਗਿਆ, ਗੱਲਾਂ ਬਾਤਾਂ ਕਰ ਲਈ। ਅਤੇ ਵੈਸੇ ਵੀ ਜ਼ਿਆਦਾ ਗੱਲ ਹੁੰਦੀ ਨਹੀਂ ਹੈ ਕਿਸੇ ਨਾਲ ਵੀ, ਸੋ ਇੱਥੇ ਤੁਸੀਂ ਆਪਾਂ ਗੱਲਾਂ ਕਰ ਸਕਦੇ ਹਾਂ, ਤੁਸੀਂ ਮੈਨੂੰ ਕਮੈਂਟ ਦੇ ਵਿੱਚ ਦੱਸ ਸਕਦੇ ਹਾਂ ਮੈਂ ਕੀ ਇੰਪਰੂਵ ਕਰ ਸਕਦਾ ਹੋਰ, ਹੈ ਨਾ, ਜਾਂ ਕੀ ਐਡ ਆਨ ਹੋ ਸਕਦਾ ਇਹਦੇ ਵਿੱਚ, ਮੈਂ ਹੋਰ ਵੀਡੀਓਜ਼ ਬਣਾਉਣੀਆਂ ਸਟਾਰਟ ਕਰੂੰਗਾ। ਸੋ ਮੈਂ ਥੋੜ੍ਹਾ ਜਿਹਾ ਲਿਖਿਆ ਹੈ ਇੰਨੇ ਟਾਈਮ ਦੇ ਵਿੱਚ, ਮੈਂ ਸ਼ੇਅਰ ਕਰਦਾ। ਬਾਕੀ ਮੈਂ ਹੁੱਕ ਟਰਾਈ ਕਰਨ ਦਿਆਂ, ਹੁੱਕ ਮੈਨੂੰ ਈਜ਼ੀ ਜੀ ਮਿਲ ਜੇ ਕੋਈ ਹੁੱਕ। ਮੈਂ ਇੱਦਾਂ ਸੋਚਦਾ ਹੁੰਦਾ ਕਿ ਹੁੱਕ ਲਾਈਨ ਇੱਦਾਂ ਦੀ ਹੋਣੀ ਚਾਹੀਦੀ ਆ ਜਿਹੜੀ ਹਰ ਕਿਸੇ ਦੀ ਜ਼ੁਬਾਨ 'ਤੇ
ਛੇਤੀ ਚੜ੍ਹ ਜਾਏ, ਹੈ ਨਾ, ਜਿੱਦਾਂ ਕਹਿ ਦਿੰਦੇ ਆਪਾਂ ਪੰਜਾਬੀ 'ਚ, ਕਿ ਈਜ਼ੀਲੀ ਆ ਜਾਏ ਕੰਪੋਜ਼ ਵਾਈਜ਼, ਅਤੇ ਲਿਰਿਕਸ ਵੀ ਸੌਖੇ ਜਿਹੇ ਹੋਣ ਜਿਹੜੇ ਉਸੇ ਵੇਲੇ ਯਾਦ ਹੋ ਜਾਣ, ਜਾਂ ਉਸੇ ਵੇਲੇ ਬਾਰ ਬਾਰ ਬੋਲ ਕੇ ਬੰਦਾ ਬੋਰ ਨਾ ਹੋਵੇ। ਸੋ ਪਹਿਲਾਂ ਮੇਰਾ ਇਹੀ ਟਰਾਈ ਹੁੰਦੀ ਆ, ਮੈਂ ਕਾਫੀ ਸਾਰੀ ਹੁਕਸ ਟਰਾਈ ਕਰਦਾ ਹੁੰਦਾ ਜਿਹੜੀ ਮੈਨੂੰ ਬੈਸਟ ਲੱਗਦੀ ਆ। ਫਿਰ ਮੈਂ ਥੋੜ੍ਹਾ ਜਿਹਾ ਲਿਖਿਆ ਹੋਇਆ, ਥੋੜ੍ਹਾ ਜਿਹਾ ਬੋਲ ਕੇ ਉਹ ਤੁਹਾਨੂੰ ਦੱਸਦਾ, ਫਿਰ ਲਾਸਟ 'ਤੇ ਜਿਹੜਾ ਉਹ ਚੰਗੀ ਤਰ੍ਹਾਂ ਕੋਲੋਂ ਭਾਲਦੇ ਆ ਕੰਮ ਤੀਰਾਂ ਦੇ, ਮਹੀਨੇ ਜਾਂਦੇ ਕਿਤੇ ਕਾਲਜੇ ਚ ਤੀਰਾਂ ਦੇ, ਰਾਂਝੇ ਨੀ ਖਵਾਉਂਦੇ ਬਦਮਾਸ਼ ਜਾਣੇ, ਮੇਰੀ ਐਣੀ ਤੱਪੜ ਰਲਾਉਂਦੇ ਪਿੱਛੇ ਲੱਗ ਹੀਰਾਂ ਦੇ, ਰਾਂਝੇ ਨੀ ਖਵਾਉਂਦੇ ਬਦਮਾਸ਼ ਜਾਣੇ, ਮੇਰੀ ਐ ਜੋ ਤੱਪੜ ਰਲਾਉਂਦੇ ਪਿੱਛੇ ਲੱਗ ਹੀਰਾਂ ਦੇ। ਕਿੱਦਾਂ, ਠੀਕ ਆ? ਅੱਗੇ ਮੈਂ ਥੋੜਾ ਲਿਖਿਆ, ਮੈਂ ਥੋੜੀ ਜਿਹੀ ਸਹੀ ਕਰ ਲਾ ਲੈਣ, ਬਸ ਗੱਭਰੂ ਦੀ ਜਾਗਦੀ ਜਮੀਰ ਗੋਰੀ, ਗੱਭਰੂ ਦੀ ਜਾਗਦੀ ਜਮੀਰ ਗੋਰੀਏ, ਮੈਂ ਜੁੱਸੇ ਤਗੜੇ ਦੇ, ਜੁੱਸੇ ਤਗੜੇ ਨਹੀਂ ਗੋਰੀਏ, ਜੁੱਸੇ ਤਗੜੇ ਦੇ ਅੰਦਰ ਜੁੱਸੇ ਤਗੜੇ ਦੇ ਅੰਦਰ ਮੈਂ ਲਾਸ਼ ਨਹੀਂ ਰੱਖੀ। ਕਈ ਜਿਹੜੇ ਮੈਂ ਮੇਰੇ ਕਲਾਇੰਟਸ ਆ, ਕਈ ਜਿਹੜੇ ਦਿੱਲੀ ਬੰਬੇ ਸਾਈਡ ਕੰਮ ਕਰਦੇ ਆ, ਉਹਨਾਂ ਨੂੰ ਮੇਰੇ ਠੇਠ ਕਈ ਰਾ, ਮੈਂ ਹੁਣ ਮਾਝੇ ਵਾਲਾ ਟੱਚ ਆਪਣਾ ਆ ਜਾਂਦਾ ਬਦੋ ਬਦੀ ਅੰਬਰਸਰ ਤਰਨ ਤਰਨ ਵਾਲਾ, ਹੈ ਨਾ, ਅਤੇ ਉਹ ਕਹਿਣਗੇ ਆ ਕੀ ਆ ਵਰਡ, ਹੈ ਨਾ, ਈਜ਼ੀ ਕਰੋ ਈਜ਼ੀ ਕਰੋ, ਅਤੇ ਜਿਹੜੇ ਆਪਣੇ ਵਾਲੇ ਉਹਨਾਂ 'ਤੇ ਸਮਝ ਹੀ ਜਾਣਾ ਵਾ। ਜੁੱਸਾ ਜਿੱਦਾਂ ਆਪਾਂ ਕਹਿ ਦਿੰਦੇ ਹਾਂ ਸਰੀਰ ਨੂੰ, ਜਿਹਨਾਂ ਨੂੰ ਨਹੀਂ ਸਮਝ ਲੱਗਦੀ ਸਰੀਰ, ਹੈ ਨਾ, ਜੁੱਸਾ ਤਗੜਾ ਜਿਹਨੂੰ ਚੱਲਮਾ ਗੱਭਰੂ ਜਵਾਨ, ਜੁੱਸਾ ਉਹਦੀ ਬੋਡੀ। ਅਤੇ ਉਹ ਕਹਿੰਦਾ ਗੱਭਰੂ ਦੀ ਜਾਗਦੀ ਜਮੀਰ ਗੋਰੀ ਨੇ ਜੁੱਸੇ ਤਗੜੇ ਦੇ ਅੰਦਰ ਮੈਂ ਲਾਸ਼ ਹੀ ਨਹੀਂ ਰੱਖੀ, ਵੀ ਜਿਹੜੀ ਉਹਦੀ ਦਲੇਰੀ ਆ, ਉਹਦੀ ਰੂਹ ਆ ਜਿਹੜੀ, ਕਹਿੰਦਾ ਮੈਂ ਆਪਣੇ ਸਰੀਰ ਦੇ ਵਿੱਚ ਜਿਹੜੀ ਉਹ ਜਾਗਦੀ ਜਮੀਰ ਵਾਲਾ ਜਿਹੜਾ ਵਾ ਉਹ ਰੱਖਿਆ ਵਾ, ਮਾਦਾ ਕਹਿ ਦਿੰਦੇ ਦਿਲ ਜਿਹੜਾ ਜਾਗਦੀ ਜਮੀਰ ਵਾਲਾ, ਹੈ ਨਾ, ਜੁੱਸੇ ਤਗੜੇ ਦੇ ਅੰਦਰ ਮੈਂ ਲਾਸ਼ ਹੀ ਨਹੀਂ ਰੱਖੀ। ਮੈਂ ਕੰਮ ਇੱਕ ਕੀਤਾ ਚੱਜ ਦਾ, ਇਹਨੂੰ ਮੈਂ ਹੁੱਕ ਦਾ ਉਹ ਦਊਂਗਾ, ਹੈ ਨਾ, ਵੀ ਕੰਮ ਇੱਕ ਕੀਤਾ ਚੱਜ ਦਾ। ਸੋ ਸਾਰਾ ਗਾਣਾ ਜਿਹੜਾ ਇਹਦੇ ਅਰਾਊਂਡ ਘੁੰਮੂਗਾ, ਹੈ ਨਾ, ਵੀ ਮਤਲਬ ਕੰਮ 'ਤੇ, ਵੀ ਕੀ ਆ ਗੱਭਰੂ ਦਾ ਮਤਲਬ, ਜਾਂ ਬੰਦੇ ਦਾ, ਜਾਂ ਜਿਹੜਾ ਵੀ ਮੁੰਡਾ ਵਾ ਉਹਦੀ ਸਟੋਰੀ ਜੋ ਵੀ ਚੱਲਣ ਦੀ ਆ, ਉਹ ਕੀ ਕੀਤਾ ਵਾ ਉਹਨੇ ਲਾਈਫ ਦੇ ਵਿੱਚ, ਜਾਂ ਇਹਦੇ ਅਰਾਊਂਡ ਆਪਾਂ ਸਾਰਾ ਗਾਣਾ, ਜਿਹੜਾ ਹੁੱਕ ਹੁੰਦਾ ਵਾ ਸਾਰਾ ਗਾਣਾ ਉਹਦੇ ਅਰਾਊਂਡ ਘੁੰਮਦਾ। ਸੋ ਮੈਂ ਟਰਾਈ ਕਰ ਰਿਹਾ, ਹੁਣੇ ਮੈਂ ਤੁਹਾਨੂੰ ਸਾਰਾ ਬੋਲ ਕੇ ਸੁਣਾਊਂਗਾ। ਸੋ ਆਲਮੋਸਟ ਕੰਪਲੀਟ ਆ, ਹੈ ਨਾ, ਜਿਹੜਾ ਆਪਾਂ ਅੱਜ ਵਾਲਾ ਟਰਾਈ ਕਰਨਾ ਕਿ ਕਿੱਦਾਂ ਆ। ਬਾਕੀ ਜੇ ਤੁਹਾਡੇ ਕੋਲ ਕੋਈ ਆਈਡੀਆ ਹੈਗਾ, ਹੈ ਨਾ, ਕਿ ਜਾਂ ਤੁਸੀਂ ਮੈਨੂੰ ਕੋਈ ਕੋਨਸੈਪਟ ਦੇਣਾ ਚਾਹੁੰਦੇ ਹਾਂ ਕਿ ਮੈਂ ਲਾਈਵ ਵੀਡੀਓ ਪਾਵਾਂ, ਆ ਜਿਹੜੇ ਤੁਹਾਡੇ ਟਾਈਟਲ 'ਤੇ ਲਿਖ ਕੇ ਤੁਹਾਡੇ ਕੋਲ ਕੋਈ ਵੀ ਚੀਜ਼ ਹੈਗੀ ਆ, ਕਿਸੇ ਵੀ ਚੀਜ਼ 'ਤੇ, ਹੈ ਨਾ, ਆਪਾਂ ਗਾਣਾ ਲਿਖ ਕੇ ਜਾਂ ਮੈਨੂੰ ਲਫ਼ਜ਼ ਦਿਓਗੇ ਤੁਸੀਂ, ਸੋ ਮੈਂ ਟਰਾਈ ਕਰੂੰਗਾ ਕਮੈਂਟਸ ਦੇ ਵਿੱਚ ਦੇਖੂੰਗਾ ਕਿ ਕੀ ਚੀਜ਼ ਹੈਗੀ ਆ, ਫਿਰ ਉਹਨਾਂ 'ਚੋਂ ਮੈਂ ਪਿੱਕ ਕਰਕੇ ਫਿਰ ਉੱਤੇ ਵੀ ਇੱਕ ਵੀਡੀਓ ਬਣਾਊਂਗਾ, ਅਤੇ ਟਰਾਈ ਕਰੂੰਗਾ ਕਿ ਆਪਾਂ ਵੀਡੀਓ ਦੇ ਵਿੱਚ ਮੈਂ ਤੁਹਾਡਾ ਉਹ ਤੁਹਾਡੇ ਕੋਨਸੈਪਟ 'ਤੇ, ਤੁਹਾਡੇ ਉਹ ਇੱਕ ਵਰਡ 'ਤੇ ਜਾਂ ਇੱਕ ਸਟੋਰੀ 'ਤੇ ਮੈਂ ਗਾਣਾ ਲਿਖ ਕੇ ਤੁਹਾਨੂੰ ਪੋਸਟ ਕਰਾਂ, ਹੈ ਨਾ।
ਫਿਰ ਤੁਸੀਂ ਦੱਸਿਓ ਕਿੱਦਾਂ ਆ। ਸੋ ਆ ਮੇਰਾ ਅੱਜ ਦਾ ਜਿਹੜਾ ਆਲਮੋਸਟ ਆ ਡਨ ਆ, ਮੈਂ ਤੁਹਾਨੂੰ ਇੱਕ ਵਾਰੀ ਬੋਲ ਕੇ ਸੁਣਾਉਣਾ, ਸ਼ਾਇਦ ਤੁਹਾਨੂੰ ਸਾਊਂਡ ਆਵਾਜ਼ ਪਤਾ ਨਹੀਂ ਕਲੀਅਰ ਆਵੇ ਕਿ ਕਿਉਂਕਿ ਮੈਨੂੰ ਜ਼ਿਆਦਾ ਪਤਾ ਨਹੀਂ ਆ ਚੀਜ਼ ਬਾਰੇ। ਆ ਮੈਂ ਹੁਣ ਵੀਡੀਓ ਬਣਾ ਕੇ ਇਸ ਤੋਂ ਬਾਅਦ ਦੇਖੂੰਗਾ ਕਿ ਕੀ ਸਾਊਂਡ ਕਰਦਾ, ਫਿਰ ਅੱਗੇ ਤੋਂ ਟਰਾਈ ਕਰੂੰਗਾ ਕਿ ਤੁਹਾਨੂੰ ਵਧੀਆ ਸੁਣਨ ਨੂੰ ਮਿਲੇ, ਹੈ ਨਾ। ਜੇ ਮਿਊਜ਼ਿਕਲੀ ਵੀ ਮੈਂ ਕੁਛ ਕਰਦਾ, ਵੈਸੇ ਮੈਂ ਕੁਛ ਬੀਟਸ ਦੇਖ ਰਿਹਾ ਜਿਨ੍ਹਾਂ ਦੇ ਕਾਪੀਰਾਈਟਸ ਨਾ ਹੋਣ ਮੈਨੂੰ, ਅਗਰ ਕਿਸੇ ਕੋਲ ਕੋਈ ਇਹਦੇ ਬਾਰੇ ਆਈਡੀਆ ਹੈਗਾ ਤਾਂ ਉਹ ਵੀ ਮੇਰੇ ਨਾਲ ਸ਼ੇਅਰ ਕਰਿਓ ਕਿ ਮੈਂ ਕਿੱਥੋਂ ਬੀਟਸ ਪਿੱਕ ਕਰ ਸਕਦਾ ਹਾਂ, ਜਾਂ ਤੁਸੀਂ ਮੈਨੂੰ ਕੋਈ ਲਿੰਕ ਸੈਂਡ ਕਰ ਸਕਦੇ ਹੋ, ਜਾਂ ਕੋਈ ਮਿਊਜ਼ਿਕ ਵਾਲਾ ਜਿਹਨੇ ਬੀਟਸ ਬਣਾਈਆਂ ਹੋਈਆਂ ਮੈਨੂੰ ਬੀਟਸ ਤੁਸੀਂ ਭੇਜ ਸਕਦੇ ਹੋ, ਮੈਂ ਉਹਨਾਂ 'ਤੇ ਗਾਣੇ ਟਰਾਈ ਕਰੂੰਗਾ, ਫਿਰ ਆਪਾਂ ਕੁਛ ਵੀ ਕੋਲੈਬ ਕਰ ਲਾਂਗੇ ਜਾਂ ਕੁਛ ਵੀ ਕਰ ਲਾਂਗੇ, ਹੈ ਨਾ। ਉਹਦੇ ਬਾਰੇ ਮੈਨੂੰ ਪਤਾ ਨਹੀਂ ਆ, ਜੋ ਵੀ ਹੋਊਗਾ ਚਲੋ ਆਪਾਂ ਸੋਚ ਲਾਂਗੇ, ਹੈ ਨਾ। ਫਿਲਹਾਲ ਮੈਂ ਤੁਹਾਨੂੰ ਆਹ ਸੁਣਾਉਂਦਾ, ਬਾਕੀ ਸਾਊਂਡ ਜੋ ਵੀ ਹੋਇਆ ਤੁਸੀਂ ਮੈਨੂੰ ਸੁਣ ਕੇ ਦੱਸਿਓ। ਓਕੇ ਕੋਲੋਂ ਪਾਲਦੇ ਆ ਕੰਮ ਤੀਰਾਂ ਦੇ, ਵਿੰਨੇ ਜਾਂਦੇ ਕਿਤੇ ਕਾਲਜੇ ਚ ਤੀਰਾਂ ਦੇ, ਰਾਂਝੇ ਨੀ ਖਵਾਉਂਦੇ ਬਦਮਾਸ਼ ਜਾਣੇ, ਮੇਰੀ ਏਣੀ ਤੱਪੜ ਰਲਾਉਂਦੇ ਪਿੱਛੇ ਲੱਗ ਹੀਰਾਂ ਦੇ। ਹਾਂ ਗੱਭਰੂ ਦੀ ਜਾਗਦੀ ਜ਼ਮੀਰ ਗੋਰੀ ਏਣੀ ਜੁੱਸੇ ਤਗੜੇ ਦੇ ਅੰਦਰ, ਮੈਂ ਲਾਸ਼ ਨੀ ਰੱਖੀ ਮੈਂ ਕੰਮ ਇੱਕ ਕੀਤਾ ਚੱਜ ਦਾ। ਹਾਂ ਗੈਰਾਂ ਦੇ ਆ ਮੋਢਿਆਂ ਤੋਂ ਆਸ ਨੀ ਰੱਖੀ ਮੈਂ ਕੰਮ ਇੱਕ ਕੀਤਾ ਚੱਜ ਦਾ। ਗੈਰਾਂ ਦੇ ਆ ਮੋਢਿਆਂ ਤੋਂ ਆਸ ਨਹੀਂ ਰੱਖੀ ਮੈਂ ਕੰਮ ਇੱਕ ਕੀਤਾ ਚੱਜ ਦਾ। ਗੈਰਾਂ ਦੇ ਆ ਮੋਢਿਆਂ ਤੋਂ ਆਸ ਨਹੀਂ ਰੱਖੀ ਮੈਂ ਕੰਮ ਇੱਕ ਕੀਤਾ ਚੱਜ ਦਾ। ਗੈਰਾਂ ਦੇ ਆ ਮੋਢਿਆਂ ਤੋਂ ਆਸ ਨਹੀਂ ਰੱਖੀ ਮੈਂ ਕੰਮ ਇੱਕ ਕੀਤਾ ਚੱਜ ਦਾ। ਗੱਭਰੂ ਦੀ ਜਾਗਦੀ ਜ਼ਮੀਰ ਗੋਰੀ ਏਣੀ ਜੁੱਸੇ ਤਗੜੇ ਦੇ ਅੰਦਰ, ਮੈਂ ਲਾਸ਼ ਨਹੀਂ ਰੱਖੀ ਮੈਂ ਕੰਮ ਇੱਕ ਕੀਤਾ ਚੱਜ ਦਾ। ਗੈਰਾਂ ਦੇ ਆ ਮੋਢਿਆਂ ਤੋਂ ਆਸ ਨਹੀਂ ਰੱਖੀ ਮੈਂ ਕੰਮ ਇੱਕ ਕੀਤਾ ਚੱਜ ਦਾ। ਗਹਿਰਾਂ ਦੇ ਮੋਢਿਆਂ ਤੋਂ ਆਸ ਨਹੀਂ ਰੱਖੀ ਮੈਂ ਕੰਮ ਇੱਕ ਕੀਤਾ ਚੱਜ ਦਾ। ਮੈਨੂੰ ਮਜ਼ਾ ਆਇਆ, ਤੁਸੀਂ ਦੱਸਿਓ ਤੁਹਾਨੂੰ ਕਿੱਦਾਂ ਲੱਗਾ, ਹੈ ਨਾ। ਜੇ ਸੋਹਣਾ ਲੱਗਾ ਵੀਡੀਓ ਸ਼ੇਅਰ ਕਰਿਓ, ਕਮੈਂਟ ਜ਼ਰੂਰ ਕਰਿਓ, ਆਪਣੇ ਕਮੈਂਟ ਸਾਰੇ ਜਣੇ ਜ਼ਰੂਰ ਕਰਿਓ ਯੂਟਿਊਬ 'ਤੇ ਜਿੱਥੇ ਵੀ ਮੈਂ ਵੀਡੀਓ ਪੋਸਟ ਕਰੂੰਗਾ, ਅਗਰ ਤੁਹਾਨੂੰ ਕੋਈ ਵੀ ਆਈਡੀਆ ਹੈਗਾ।